ਸਤਿ ਸ਼੍ਰੀ ਅਕਾਲ ਜੀ ਸਾਰਿਆਂ
तो पहले भी मीडिया का मैं बहुत बहुत धन्यवाद करता हूँ तुम सारे साढ़े पास इतने आए हो। मैं अपने दिल की गल शेयर करना चाहूंगा कि जीपी भाई जिन्होंने ना तो पंजाबी सिनेमे की पहचान है, पंजाबी म्यूजिक की पहचान है, तो मेरे लिए बहुत माण वाली गल है कि मैं इन्हें नाल स्क्रीन शेयर कर रहा। तो मैं जो ट्रेलर देखा सी, ट्रेलर ते लिखा आया सी कैनो जट्टा टीम इज बैक, तो मैं इन्नी खुशी हुई कि हुण इस टीम का हिस्सा मैं भी हाँ। तो ये सारा शेयर करना वाला थी हरियाणा भाई को जिन्होंने मैं इस टीम का हिस्सा बनाया। ਜਦੋਂ ਸ਼ੂਟ ਹੋਇਆ ਸੀ ਸਾਡਾ 20-25 ਦਿਨ ਤੇ ਆਹ ਜਿਹੜਾ ਪ੍ਰੋਮੋਸ਼ਨ ਦੇ ਦਿਨ ਮੈਂ ਮੰਨਦਾ ਕਿ ਮੇਰੀ ਜ਼ਿੰਦਗੀ ਦਾ ਬੈਸਟ ਟਾਈਮ ਹੈ। ਮੈਨੂੰ ਵੀ ਲੱਗਦਾ ਕਿ ਇਹ ਸਮਾਂ ਮੈਨੂੰ ਦੁਬਾਰਾ ਆਊਗਾ ਜੇ ਵਧੀਆ ਆਊਗਾ ਰੱਬ ਨੂੰ ਪਤਾ ਹੈ, ਪਰ ਇਹ ਬੈਸਟ ਟਾਈਮ ਬੈਸਟ ਮੋਮੈਂਟ ਮੈਂ ਵੰਡਾ ਰਿਹਾ, ਪੂਰੀ ਖੁਸ਼ੀ ਨਾਲ ਵੰਡਾ ਰਿਹਾ ਤੇ ਮੇਰੇ ਲੱਗ ਗਿਆ ਜੀ ਨਾਲ ਚੱਲਦਾ ਇਹ ਸਮਾਂ। ਤੇ ਥੈਂਕ ਯੂ ਸੋ ਮਚ ਅਮਰਦੀਪ ਗਰੇਵਾਲ ਭਾਈ ਮੈਨੂੰ ਇਸ ਸਬਜੈਕਟ ਨਾਲ ਜੋੜਨ ਵਾਸਤੇ। ਥੈਂਕ ਯੂ ਸੋ ਮਚ ਭਾਈ। ਯੈਸ ਅਮਰਦੀਪ ਭਾਈ ਪਲੀਜ਼ ਤੁਸੀਂ ਵੀ ਕੁਝ ਇਹਨਾਂ ਦੇ ਨਾਲ ਨੂੰ ਫਿਲਮ ਬਣਾਉਣ ਦਾ ਮੌਕਾ ਮਿਲਿਆ ਤੇ ਕੀ ਬਈ ਦੇ ਆਪ ਮੈਂ ਵੀ ਬਹੁਤ ਬਲੈਸਡ ਹਾਂ। ਮੇਰੀ ਲਾਈਫ ਦਾ ਸਭ ਤੋਂ ਬੈਸਟ ਟਾਈਮ ਚੱਲ ਰਿਹਾ, ਮੈਨੂੰ ਇਹ ਟਾਈਮ ਦੇ ਲਈ ਇੱਕ ਲਾਈਫ ਦੇ ਵਿੱਚ ਇਹੋ ਜਿਹਾ ਚੈਪਟਰ ਲੈ ਕੇ ਆਊਗਾ ਜਿਹੜਾ ਕਦੇ ਵੀ ਮੈਂ ਭੁਲਾ ਨਹੀਂ ਸਕਦਾ। ਤੇ ਥੈਂਕ ਯੂ ਬਿੱਟੂ ਭਾਜੀ, ਥੈਂਕ ਯੂ ਸਾਰਿਆਂ ਦਾ, ਬਿੱਟੂ ਭਾਜੀ ਦਾ ਬਹੁਤ ਬਹੁਤ ਥੈਂਕ ਯੂ, ਹਾਂਜੀ
ਜਿਹੜਾ ਪ੍ਰੀਤ ਸਰਦਾਰ ਸਾਹਿਬ ਵਾਲਾ ਗੱਲ ਉਸ सर, उन्हें सारी टीम को प्यार का रिसेप्शन
ਮਾੜਾ ਟ੍ਰੇਲਰ ਵਧੀਆ ਹੋ ਜਾਂਦਾ ਵਾ
ਉਹਦੀ ਰੀਚ ਬਹੁਤ ਵੱਧ ਜਾਂਦੀ ਹੈ। ਜਦੋਂ ਆਮਿਰ ਭਾਈ ਨੇ ਟ੍ਰੇਲਰ ਲਾਂਚ ਕੀਤਾ ਉਹਦੀ ਇੰਨੀ ਰੀਚ ਵੱਧ ਗਈ ਕਿ ਸਾਰੇ ਬਾਲੀਵੁੱਡ ਦੇ ਵਿੱਚ ਪਤਾ ਲੱਗ ਗਿਆ ਕਿ ਯਾਰ ਪੰਜਾਬੀ ਫਿਲਮਾਂ ਦਾ ਇਸ ਪੱਧਰ ਦੇ ਉੱਤੇ ਪ੍ਰਮੋਸ਼ਨ ਹੋ ਰਿਹਾ, ਆਮਿਰ ਖਾਨ ਨੇ ਟ੍ਰੇਲਰ ਲਾਂਚ ਕੀਤਾ ਇਹ। ਉਸ ਤੋਂ ਬਾਅਦ ਜਦੋਂ ਸਲਮਾਨ ਭਾਈ ਨੇ ਤਾਂ ਮੈਂ ਬਿਗ ਬੋਸ ਤੇ ਗਿਆ ਸੀ ਪਿਛਲੀ ਵਾਰੀ, ਤਾਂ ਉਦੋਂ ਉਹਨਾਂ ਨੇ ਮੈਨੂੰ ਕਾਫੀ ਟਾਈਮ ਬਿਠਾਇਆ ਤੇ ਗੱਲਾਂ ਬਾਤਾਂ ਹੋਈਆਂ। ਉਹ ਕਹਿੰਦੇ ਯਾਰ ਕਮਾਲ ਆ, ਕਹਿੰਦੇ ਫਿਲਮ ਇੰਨੀ ਤਰੀਕੇ ਨਾਲ ਚੱਲ ਰਹੀ ਹੈ, ਕਹਿੰਦੇ ਹਿੰਦੀ ਫਿਲਮਾਂ ਨਹੀਂ ਚੱਲਦੀਆਂ, ਉਹਨਾਂ ਨੇ ਇੰਨੀਆਂ ਗੱਲਾਂ ਮਾਰੀਆਂ ਸਾਡੇ ਨਾਲ। ਤੇ ਫਿਰ ਉਹ ਜਦੋਂ ਆ ਅਸੀਂ ਡਿਸਕਸ ਕੀਤਾ ਤਾਂ ਉਹ ਕਹਿੰਦੇ ਅਸੀਂ ਜ਼ਰੂਰ ਕਰਾਂਗੇ, ਤੇ ਆਏ ਉਹ ਬੈਠੇ ਅਸੀਂ ਬਹੁਤ ਗੱਪਾਂ ਮਾਰੀਆਂ, ਮੈਂ ਸਾਰੇ ਟੀਮ ਸੀਗੀ ਅਸੀਂ, ਸਵੀਪਾ ਜੀ, ਦਿਲੀਪ ਭਾਈ, ਕਰਨ ਭਾਈ ਸਾਰੇ ਰਹੇ। ਸੋ ਬਹੁਤ ਦੇਰ ਬੈਠੇ ਸਾਡੇ ਨਾਲ, ਬਹੁਤ ਵਧੀਆ ਲੋਕ ਜਿਹੜੇ ਸਾਨੂੰ ਐਪਰੀਸ਼ੀਏਟ ਕਰ ਰਹੇ ਨੇ, ਉਹ ਕਹਿੰਦੇ ਇਹ ਫਿਲਮ ਬਣਾਉਣ ਦਾ ਮੂਡ ਉਹਨਾਂ ਦਾ ਵੀ ਸੀਗਾ। ਤੇ ਬਹੁਤ ਟਾਈਮ ਪਹਿਲਾਂ ਉਹ ਕਹਿੰਦੇ ਅਸੀਂ ਉਦੋਂ ਦੇ ਪਾਇਆ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਸੇਮ ਕਨਸੈਪਟ ਦੇ ਉੱਤੇ ਫਿਲਮ ਬਣਾਉਣੀ ਹੈ, ਬਟ ਕੋਈ ਰਾਈਟ ਦਾ ਇਸ਼ੂ ਕਰਕੇ ਉਹਨਾਂ ਸ਼ਾਇਦ ਉਹ ਬਣਾ ਨਹੀਂ ਸਕੇ ਹੈਗੇ। ਤੇ ਕਹਿੰਦੇ ਚਲੋ ਅੱਜ ਮੈਂ ਟ੍ਰੇਲਰ ਲਾਉਣ ਤੇ ਆਇਆ, ਸੋ ਹੈਪੀ ਹੋਲੀ। ਜੀ ਐਕਚੁਅਲੀ ਅਸੀਂ ਤਾਂ ਹੀ ਗਏ ਜੀ, ਮੈਂ ਜਦੋਂ ਸਾਲੀ ਸਾਹਿਬ ਨੇ ਦੱਸਿਆ ਕਿਉਂਕਿ ਤੁਸੀਂ ਰਿਲੀਜ਼ ਕਰੇ, ਜਦੋਂ ਕੈਰੀਅਰ ਕੱਟਾ ਦਾ ਜਦੋਂ ਰਿਲੀਜ਼ ਪਲੈਨ ਆਇਆ ਤਾਂ ਸਾਲੀ ਸਾਹਿਬ ਕਹਿੰਦੇ ਵੀ ਆਪਾਂ ਬਹੁਤ ਵਾਈਡ ਰਿਲੀਜ਼ ਕਰਨੀ ਹੈ, ਸਾਨੂੰ ਵੀ ਸੀ ਬਹੁਤ ਵਾਈਡ ਰਿਲੀਜ਼ ਕਰਨੀ ਹੈ। ਤੇ ਜਦੋਂ ਸਾਡੇ ਕੋਲ ਸ਼ੀਟ ਜੀ ਆਉਂਦੀ ਆ, ਕੋਈ ਜਿਹੜਾ ਇੱਧਰ ਲੱਗੀ ਹੋਈ, ਉੱਧਰ ਲੱਗੀ ਹੋਈ, ਵਿੱਚ ਦੇਖਦੇ ਦੇਖਦੇ ਮੈਂ ਵਿੱਚ ਦੇਖਿਆ ਚੇਨਈ ਲੱਗੀ ਹੋਈ, ਮੈਂ ਕਿਹਾ ਸਾਲੀ ਸਾਹਿਬ ਜ਼ਿਆਦਾ ਜਜ਼ਬਾਤੀ ਹੋ ਗਏ, ਇਹਨਾਂ ਨੇ ਚੇਨਈ ਵੀ ਠੋਕ ਦੀ ਜਾ ਕੇ, ਮੈਂ ਕਿਹਾ ਰੋਤੇ ਕੌਣ ਦੇਖੂਗਾ, ਮੇਰੇ ਕਹਿੰਦੇ ਭਾਜੀ ਤੁਸੀਂ ਜ਼ਿਆਦਾ ਦੇਖਿਓ। ਤੇ ਜਦੋਂ ਫਰਾਈਡੇ ਥਰਸਡੇ ਆਇਆ ਜੀ, ਬਈ ਚੇਨਈ ਸੋਲਡ ਆਊਟ ਕਰ ਰਹੇ, ਤੇ ਇਹ ਕਹਿੰਦੇ ਨੇ ਕਿ ਮੁੰਬਈ ਸ਼ੋਅ ਦੇ ਉੱਤੇ ਸਾਲੀ ਸਾਹਿਬ ਨੂੰ ਭੇਜਿਆ, ਕਹਿੰਦੇ ਤੁਸੀਂ ਅੰਡਰਐਸਟੀਮੇਟ ਕਰ ਰਹੇ ਸੀ। ਸੋ ਉਹ ਜਿਹੜੇ ਸੂਬੇ ਸੀ ਸਾਨੂੰ ਲੱਗਿਆ ਕਿ ਯਾਰ ਜਿੱਥੇ ਜਿੱਥੇ ਐਟਲੀਸਟ ਜਾ ਸਕਦੇ ਆ, ਜਿਵੇਂ ਲਖਨਊ ਕਿੰਨੀ ਦੇਰੀ ਸੋਲਡ ਆਊਟ ਰਿਹਾ, ਲਖਨਊ, ਇੰਦੌਰ, ਜੈਪੁਰ, ਪਤਾ ਨਹੀਂ ਕਿੱਥੇ ਕਿੱਥੇ। ਸੋ ਅਸੀਂ ਕੋਸ਼ਿਸ਼ ਕੀਤੀ ਕਿ ਜਿੱਥੇ ਮੈਕਸੀਮਮ ਜਾ ਸਕੀਏ ਉੱਥੇ ਜਾਈਏ। ਸੋ ਉੱਥੇ ਉੱਥੇ ਅਸੀਂ ਜਾਣ ਦੀ ਅਸੀਂ ਕੋਸ਼ਿਸ਼ ਕੀਤੀ, ਔਰ ਬੜਾ ਰਿਸਪੋਂਸ ਵਧੀਆ ਮਿਲਿਆ, ਔਰ ਬਹੁਤ ਪਿਆਰ ਮਿਲਿਆ ਉੱਥੇ ਗਏ। ਤੇ ਬਹੁਤ ਐਕਸਾਈਟਡ ਸੀ, ਜਿੰਨੇ ਵੀ ਮੀਡੀਆ ਵਾਲੇ ਬੰਦੇ ਸੀ ਉਹਨਾਂ ਦਾ ਫਿਲਮ ਦੇਖ ਕੇ ਅਸੀਂ ਉਮਰ ਨੂੰ ਵੀ ਬਹੁਤ ਬੜੇ ਸੀ, ਵੀਡੀਓ ਪਾਤੀਆਂ ਨੂੰ ਕਿ ਏਅਰਪੋਰਟ ਤੱਕ ਆਏ, ਕਹਿੰਦਾ ਸੋ ਬਹੁਤ ਚੰਗਾ ਲੱਗਿਆ। ਤੇ ਉਸ ਤੋਂ ਬਿਨਾਂ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਸੀ ਕਿ ਤਾਂ ਪ੍ਰਾਣੀ ਨਾਲ ਉਹਨੇ ਪੜੀ ਅੰਦਰ ਗਾਣੇ ਬੋਲੇ ਸੁਣੇ, ਆ ਜਿਹੜਾ ਕਮਰਾ ਇਹ ਜਿਹੜਾ ਵਾਲਾ ਹਾਲ ਹੈ ਇਹਦੇ ਚ ਦੋ ਕਰਨਾ ਦੋ ਏਡਾ ਏਡਾ ਕਮਰਾ ਸੀ, ਅੰਦਰ ਦਾ ਇਹ ਤੋਂ ਆਹ ਨਾਮ ਕਿਹੜਾ ਨਾਮ ਕੱਲੇ ਦੇ ਨੂੰ ਮਿਲਿਆ ਸੀਗਾ, ਇਹਦੇ ਬੀਬੀ ਵਾਲੇ ਬੰਦਾ ਨਾਲ ਜਿਹੜਾ ਨਾਲ ਕਰੀ ਉਹ ਵੀ ਜਾਡ ਉੱਪਰ ਕਰ ਤਿੰਨ ਚਾਰ ਬੰਦਾ ਸੀਗਾ ਉਹ, ਤੇ ਤਿੰਨ ਜਿਹੜੇ ਗਾਣੇ ਬੋਲੇ ਲਾਏ ਉਹ ਬਲੂ ਥੋੜਾ ਸਪੀਕ ਲਾਏ ਸੀ, ਤੇ ਸਾਡੀ ਕੋਸਟਿਊਮ ਵਾਲੀ ਕੁੜੀ ਇਸ ਸਿਮਰ ਉਹਦਾ ਨਾਮ ਸਿਮਰ, ਤੇ ਉਧਰ ਨਾ ਕੀਤਾ ਸੀ ਉਹ ਨੂੰ ਨਾ ਲਿਆ ਤਾਂ ਸੱਚੀ ਉਹਦਾ ਬੁਰਾ ਹਾਲ ਹੋ ਗਿਆ, ਉਹ ਫੜ ਲਿਆ ਉਹ ਨੇ ਜਿਹੜਾ ਤੇ ਜਿਵੇਂ ਜਿਹੜਾ ਸੀ ਤੇ ਉਹ ਵਾਈ ਵਾਈ ਚੀਜ਼ ਦਾ ਦਰਦ ਉਹ ਸੱਚੀ ਉਹਨੇ ਕੋਰੀ ਕਰਕੇ ਬਾਹਰ ਨਿਕਲੀ ਨਾ ਉਹਦਾ ਪਤੀ ਨੇ ਬਸ ਦੇ ਇਹ ਚੀਜ਼ਾਂ ਪਾ ਕੇ ਸਾਰੇ ਡਰ ਗਏ, ਉਦੋਂ ਮੁੜ ਕੇ ਕਹਿੰਦੇ ਜਿਹੜੇ ਤੇ ਗਾਣੇ ਚੱਲਦੇ ਸੀ ਪਾਣ ਲੱਗ ਗਏ ਸੀ ਡਬਲ ਡਬਲ ਕਰਕੇ, ਫਿਰ ਅਸੀਂ ਉਹਦੇ ਛੁੱਟੀ ਕੀਤੀ ਤੇ ਉਹਨਾਂ ਨੂੰ ਅਸੀਂ ਪੁੱਛਿਆ ਕਿ ਕਿਹੜੇ ਅਸੀਂ ਵੀ ਇਹ ਇਸ਼ੂ ਹੋਇਆ ਵੀ ਅਸੀਂ ਇਦਾਂ ਕਹਿੰਦੇ ਹਾਂ ਵੀ ਕਰਦੇ ਤੁਸੀਂ ਤੁਹਾਨੂੰ ਫੜ ਲੈ ਤੁਹਾਨੂੰ ਬੋਲ ਕਰਕੇ ਬਸ ਜਿਹੜਾ ਥੋੜੇ ਮੋਟੇ ਗਲਤ ਹੋਏ ਦੋ ਚਾਰ ਫੇੜੇ ਲੱਗ ਗਿਆ ਉਹਦੇ ਠੀਕ ਹੈ ਬਹੁਤ ਗਏ। ਤੇ ਇੱਕ ਵਾਰੀ ਫਿਰ ਅਸੀਂ ਸੋਚਿਆ ਬਾਹਰ ਆ ਗਈ ਜਿਹੜੇ ਜਦੋਂ ਉਹਨਾਂ ਦੀ ਅਮਰਦੀਪ ਭਾਈ ਨੇ ਲੈਣ ਦਾ ਸੀਗਾ ਇਹ ਮੈਂ ਆਪਣੇ ਕੋਲ ਬਣਾ ਲੈਣਾ, ਅਮਰਦੀਪ ਭਾਈ ਨੇ ਡਿਸੀਜਨ ਲੈ ਕੇ ਤੁਹਾਨੂੰ ਪੈਸੇ ਪਹਿਲਾਂ ਦੇ ਦਿੱਤੇ 15 ਦਿਨ ਦਾ ਚਲੋ ਛੱਡੋ ਸਮਾਜ ਲੱਗੇ ਸੀ ਬਾਹਰ ਆਏ ਸਾਰੇ ਲੈ ਕੇ ਉਹਦਾ ਕੱਢ ਕੇ ਬਾਹਰ ਆ ਗਈ ਛੱਡੋ ਪਰ ਇੱਥੇ ਨਹੀਂ ਕਰਦਾ ਇਸ ਮੈਂਸ਼ਨ 'ਚ, ਫਿਰ ਉਹ ਜੇ ਆਪ ਬਾਹਰ ਆਇਆ ਕਹਿੰਦਾ ਮੈਂ ਤੁਹਾਨੂੰ ਪੁਸ਼ਟੀ ਕਰਾਂ ਤੁਸੀਂ ਆਗੇ ਸ਼ੁਰੂ ਕਰਦੇ। ਚਲੋ ਬਣ ਗਿਆ ਸੀਗਾ ਬਹੁਤ ਜ਼ਿਆਦਾ, ਤੇ ਬਟ ਕੀ ਹੈ ਕਿ ਜੈਨੂਅਲੀ ਉਹ ਕੁੜੀ ਬਹੁਤ ਡਰ ਗਈ ਸੀ ਉਸ ਕਰਕੇ ਸਾਰੇ ਦੇ ਸਾਰੇ
ਡਰਕੇ ਖੁਦ ਬਾਦ ਦੂਜੇ ਬੰਦਿਆਂ ਨੇ ਹੋਰ ਕਿਹਾ ਕਿ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਆ ਹੋ ਗਿਆ ਇਹ ਉਹ ਇੱਕ ਮਾਹੌਲ ਜਿਹਾ ਚੱਲਦਾ ਰਿਹਾ ਕਮਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਦੋਂ ਵੀ ਚੜ੍ਹਦੀ ਹੈ ਬਿਲਕੁਲ ਚੜ੍ਹਦੀ ਹੈ ਯਾਰ ਮੌਜੀ ਹੋ ਜਾ ਮੌਜੀ ਮੌਜੀ ਅਸਲ ਵਿੱਚ ਤੁਹਾਨੂੰ ਪੁੱਛਣਾ ਹੈ ਕਿ ਮੌਜੀ ਹੋ ਜਾ ਅਸਲ ਮੌਜੀ ਪਤਾ ਕੌਣ ਹੈ ਮੈਂ ਤੁਹਾਨੂੰ ਪੁੱਛਣਾ ਕੀ ਮੌਜੀ ਪਤਾ ਕੌਣ ਹੈ ਆਪਾਂ ਕਹਿੰਦੇ ਕਿ ਮੌਜੀ ਸਾਰੀ ਮੌਜੀ ਹੈ ਸਭ ਤੋਂ ਵੱਧ ਮੌਜੀ ਬਿੰਨੂ ਭਾਈ ਹੈ ਸਰ ਇਹ ਮਸਤ ਮਾਲਾ ਬੰਦਾ ਮੌਜਾਂ ਕਰਨ ਵਾਲਾ ਮੌਜਾਂ ਕਰਾਉਣ ਵਾਲਾ ਬਿੰਨੂ ਵੀ ਬਾਕੀ ਸਾਰੇ ਨੂੰ ਮੌਜਾਂ ਕਰਾਈਆਂ ਨੇ ਸਸਿਕਾ ਜੀ ਮੈਂ ਆਪਣਾ ਮਨ ਦੀ ਤੌਰ ਕਰ ਪੰਜਾਬ ਦਾ ਤੁਹਾਨੂੰ ਬਣਾਇਆ ਚੀਨੀ ਕਰਨਾ ਸਾਰੇ ਜੱਟੀ ਬਣਾਉਂਗੇ ਮੇਰਾ ਸਵਾਲ ਇੰਨੀ ਬਾਤ ਹੋ ਰਹੀ ਹੈ ਪਾਣੀ ਫਿਰ ਮੈਂ ਤੁਹਾਨੂੰ ਸਟਾਰਟ ਕੀਤਾ ਉਮੀਦ ਕਰਾ ਰਿਹਾ ਬਾ ਅੱਜ ਮੌਜੀ ਮੌਜਾ ਇਸ ਦੇ ਜਾਣੇ ਕਿ ਤੁਹਾਨੂੰ ਸੀਨੀਅਰ ਸੀ ਐਕਟ ਡਾਇਰੈਕਟਰ ਪ੍ਰੋਡਿਊਸਰ ਵੀ ਬਣ ਗਏ ਇੱਕ ਤੇਰੀ ਨਰਵਸਨੈਸ ਸੀ ਜੋ ਪਹਿਲੇ ਦਿਨ ਤੁਸੀਂ ਸੈਟ ਤੇ ਗਏ ਹੋਗੇ ਉਹ ਅੱਜ ਵੀ ਹੁੰਦੀ ਹੈ ਕਿ ਅੱਜ ਐਂ ਬੜੀ ਐਲਕਮ ਕੀਤੀ ਕਰੇ ਆ ਰਹੇ ਹਾਂ ਤਾਂ ਮੈਂ ਪ੍ਰੋਡਿਊਸਰ ਵੀ ਅੰਦਰ ਦਾ ਮੈਂ ਇੱਕ ਸੁਪਰ ਸਟਾਰ ਅੱਜ ਵੀ ਹੁੰਦਾ ਕਿ ਨਹੀਂ ਅੱਜ ਆ ਰੋ ਰਿਹਾ ਡਾਇਰੈਕਟਰ ਨੇ ਕਿਹਾ ਹੋਰ ਤਿਆਰੀ ਕਰਕੇ ਤੇ ਘਰੇ ਵੀ ਕਿਹਾ ਹੋਵੇ ਕਿ ਦੇ ਮਿਸ ਸੁਣ ਗਿਆ ਹੋਇਆ ਅੱਜ ਜਲਦੀ ਰੋਟੀ ਪੈਕ ਕਰਦੇ ਮੈਂ ਜਾਣਾ ਉੱਥੇ ਆ ਰੋ ਤੇ ਅੱਜ ਮੇਰਾ ਸਿਰ ਨੂੰ ਘਬਰਾ ਕੇ ਹੋ ਗਿਆ ਕਿ ਅੱਜ ਆਂਦਾ ਕਿ ਨਹੀਂ ਅੱਜ ਕਿ ਮੈਂ ਸੁਪਰ ਸਟਾਰ ਹੋ ਗਿਆ ਨਾ ਕਿ ਮੇਰਾ ਸਿਰ ਉਹ ਬੁਲਾਇਆ ਹੈ ਮੈਂ ਠੀਕ ਹੋ ਕਿ ਜਦੋਂ ਮੇਰਾ ਰੋ ਹੈ ਕਿ ਨਹੀਂ ਇਹ ਨਰਵਸ ਨਹੀਂ ਐਕਚੁਅਲੀ ਕੀ ਹੈ ਕਿ ਜਦੋਂ ਕੋਈ ਵੀ ਫਿਲਮ ਸਟਾਰ ਹੁੰਦੀ ਆ ਉਦੋਂ ਸਾਡੇ ਮਾਈਂਡ 'ਚ ਜ਼ਰੂਰ ਹੁੰਦਾ ਪਹਿਲੇ ਇੱਕ ਦੋ ਦਿਨ ਪਹਿਲੇ ਦਿਨ ਤਾਂ ਖਾਸ ਕਰਕੇ ਘਬਰਾਹਟ ਵੀ ਆਪਾਂ ਕਹਿ ਸਕਦੇ ਆਪਾਂ ਵੀ ਕਰੈਕਟਰ ਸੂਟ ਆਊਗਾ ਨਹੀਂ ਆਊਗਾ ਇਹ ਕਿੱਦਾਂ ਨਿਕਲ ਕੇ ਆਊਗਾ ਆਪਾਂ ਕਿਹੜੀ ਫਿਲਮ ਸੋਲਡਿੰਗ ਹੁੰਦੀ ਆ ਹੁਣ ਆਹ ਫਿਲਮ ਸੀਗੀ ਮੈਨੂੰ ਪਤਾ ਸੀ ਕਿ ਇਹ ਜਾਵਾਂ ਫਿਰ ਵੀ ਜੇ ਆਪਣੀ ਟੀਮ ਦੇ ਬੰਦੇ ਹੁੰਦੇ ਆ ਜਿਹਨੂੰ ਅਸੀਂ ਹੋਏ ਆ ਜਿਹੜੇ ਮੈਂ ਜੀਓ ਬਾਈ ਕਰ ਰਿਹਾ ਬਾਈ ਡਾਇਰੈਕਟਰ ਸੰਜੀਵ ਭਾਜੀ ਹੋਣ ਫਿਰ ਇਸ ਨਾਲ ਬੜਾ ਕੁਛ ਨਹੀਂ ਹੁੰਦਾ ਹੈਗਾ ਕਿਉਂਕਿ ਬੇਸਿਕਲੀ ਕਿ ਘਬਰਾਹਟ ਇਸ ਚੀਜ਼ ਦੀ ਨਹੀਂ ਹੁੰਦੀ ਕਿ ਤੁਸੀਂ ਕਰਨਾ ਕੀ ਹੈ ਘਬਰਾਹਟ ਕੇ ਵੀ ਉਦੋਂ ਮਨ 'ਚ ਜ਼ਰੂਰ ਹੁੰਦੀ ਹੈ ਜਦੋਂ ਟੋਟਲ ਟੀਮ ਨਵੀਂ ਹੋਵੇ ਬੰਦੋ ਲੱਗਦਾ ਹੋਵੇ ਯਾਰ ਮੈਂ ਇਹਨੂੰ ਜਾਣਦਾ ਨਹੀਂ ਮੈਂ ਇੱਦਾਂ ਨਹੀਂ ਕਰਦਾ ਮੈਂ ਉੱਦਾਂ ਨਹੀਂ ਕਰਦਾ ਸੋ ਉਹ ਚੀਜ਼ ਕਿਤੇ ਕਿਤੇ ਲੱਗ ਗਈ ਮੈਨੂੰ ਪਿੱਛੇ ਮੈਨੂੰ ਯਾਦ ਆ ਉਦਾਂ ਮੇਰੇ ਮਿੱਤਰ ਬਹੁਤ ਨੇ ਬਾਲੀਵੁੱਡ ਦੇ ਵਿੱਚ ਵੀ ਮੈਂ ਲਾਸਟ ਸੰਜੇ ਦੱਤ ਸਾਹਿਬ ਨੂੰ ਨੋਮੀਨੇਸ਼ਨ ਦੇਣੀ ਸੀ ਫਿਲਮ ਦੀ ਸ਼ੇਰਾ ਦੇ ਤੌਰ ਪਰ ਜਾਣੀ ਅਤੇ ਉਹ ਫਿਲਮ ਸੁਣਾਉਣੀ ਸੀ ਮੈਂ ਉਹਨਾਂ ਨੂੰ ਪੂਰੀ ਦੀ ਪੂਰੀ ਅਤੇ ਉਦੋਂ ਮੇਰੇ ਮਨ 'ਚ ਸੀ ਮੈਂ ਕਿਹਾ ਯਾਰ ਵੀ ਸੰਜੇ ਦੱਤ ਹੈ ਯਾਰ ਵੀ ਛੋਟੇ ਹੁੰਦੇ ਤੋਂ ਦੇਖਦੇ ਆਏ ਹਾਂ ਕੀ ਵੀ ਇਹਨਾਂ ਨੂੰ ਮੈਂ ਇਹੋ ਜਿਹਾ ਕੀ ਸੁਣਾ ਦੂੰਗਾ ਵੀ ਇਹ ਮੈਨੂੰ ਕਹਿਣ ਵੀ ਹਾਂ ਵੀ ਮੈਂ ਤੇਰੀ ਫਿਲਮ ਕਰੂੰਗਾ ਹੈ ਨਾ ਅਤੇ ਮੈਂ ਯਾਰ ਮੈਂ ਸੀ ਅਮਰਦੀਪ ਬਾਈ ਸੀ ਮੇਰੇ ਨਾਲ ਅਤੇ ਉਦੋਂ ਮੇਰੇ ਮਿੱਤਰ ਨੇ ਅਤੇ ਬਟ ਫਿਰ ਵੀ ਇੱਕ ਰਿਸਪੈਕਟ ਇੱਕ ਔਰਾ ਇੱਕ ਚੀਜ਼ ਉਹ ਹਮੇਸ਼ਾ ਰਹਿੰਦੀ ਹੈ ਅਤੇ ਮੈਂ ਜਦੋਂ ਉਹਨਾਂ ਕੋਲ ਗਿਆ ਤਾਂ ਮੈਂ ਦੋ ਮਿੰਟ ਬਾਹਰ ਰੜ ਕੇ ਆਇਆ ਗਿਆ ਮੈਂ ਕਿਹਾ ਆਪਾਂ ਹੀ ਵੱਡੇ ਹਾਂ ਫਿਕਰ ਬਣਾ ਚੱਕ ਨਹੀਂ ਬਸ ਇਹੀ ਸੋਚ ਕੇ ਚੱਲ ਮੈਂ ਬਹੁਤ ਗਿਆ ਮੈਂ ਕਿਹਾ ਯਾਰ ਭਾਜੀ ਨੂੰ ਕਿਵੇਂ ਫਿਰ ਗਿਆ ਤਾਂ ਮੈਂ ਕਿਹਾ ਭਾਜੀ ਉਹਨਾਂ ਬਾਹਰ ਸੋਚ ਕੇ ਆਇਆ ਸੀਗਾ ਵੀ ਮੈਂ ਵੱਡਾ ਮੈਂ ਕਿਹਾ ਯਾਰ ਨੂੰ ਕਿਹਾ ਕਿ ਫਿਰ ਆਇਆ ਕਹਿੰਦਾ ਜੀ ਵੱਡੀ ਦਿੱਸੇ ਵੀ ਲੋ ਫਿਰ ਮੈਂ ਉਹ ਕਿਹਾ ਕਿ ਸੜਾਈ ਉਹਨਾਂ ਨੂੰ ਫਿਲਮ ਜੋ ਸੀਗਾ ਜਿਵੇਂ ਜਿਵੇਂ ਚੀਜ਼ਾਂ ਸੀਗੀਆਂ ਚਲੋ ਉਹ ਚੀਜ਼ ਹੋ ਗਈ ਉਦੋਂ ਕਦੇ ਕਦੇ ਹੁੰਦੀ ਹੈ ਹੈਜੀਟੇਸ਼ਨ ਕਿਸੇ ਕਿਸੇ ਚੀਜ਼ ਦੇ ਵਿੱਚ ਬਟ ਐ ਨਹੀਂ ਨਾ ਕਿ ਆਪਾਂ ਐ ਘਬਰਾ ਰਹੇ ਹਾਂ ਕੁਛ ਹੋ ਗਿਆ ਕਿਉਂਕਿ ਜਿਹੜਾ ਤੁਹਾਡਾ ਡਰ ਆ ਨਾ ਤੁਸੀਂ ਉਹਨੂੰ ਲੁਕੋ ਕੇ ਆ ਰਹੇ ਹੋ ਕਦੇ ਐ ਐ ਨਾ ਸੋਚੋ ਵੀ ਮੇਰਾ ਡਰ ਆ ਜਾਂ ਜਾਓ ਉਹਨੂੰ ਕੱਢੋ ਜਿਹੜਾ ਹੈਗਾ ਉਹ ਜਾ ਕੇ ਉਹਨੇ ਦੱਸਤਾ ਮੈਂ ਕਹਿੰਦੀ ਹਾਂ ਕਿ ਮਤਲਬ ਦੋ ਮਿੰਟ ਆਈ ਸੋਚੀ ਗਿਆ ਮੈਂ ਕਹਿੰਦੀ ਇਹ ਆਪਾਂ ਮੈਂ ਭਾਜੀ ਤੁਹਾਨੂੰ ਸੁਣਾਉਂਦਾ ਜਿਵੇਂ ਕੀ ਆ ਤੁਸੀਂ ਹਿਸਾਬ ਲਾ ਲਿਓ ਵੀ ਤੁਹਾਨੂੰ ਖੜਾ ਰਿਹਾ ਇਸ ਕਰਕੇ ਉਹ ਸਦਾ ਨੂੰ ਇਹ ਜਿਹਾ ਘੱਟ ਹੋਰ ਤਾਂ ਬਣਾਉਂਗਾ ਉਹ ਤੋਂ ਦੀ ਹੈ ਉਹ ਚੀਜ਼ ਦਵਾਈ ਗੱਲ ਕਰੋ ਮੈਂ ਸਿਰਫ ਇੱਕ ਹੀ ਸੋਚ ਕੇ ਫਿਲਮ ਅਸੀਂ ਮੌਜੇ ਮੌਜਾਂ ਦੇ ਸ਼ੇਰਾਂ ਵੀ ਕੌਣ ਪੰਜਾਬੀ ਜਿੰਨੀਆਂ ਵੀ ਸਾਡੀਆਂ ਵੀ ਆਉਣ ਵਾਲੀਆਂ ਅਨਾਊਂਸਮੈਂਟਸ ਨੇ ਜਾਂ ਜੋ ਵੀ ਸਾਡੇ ਪ੍ਰੋਜੈਕਟਸ ਨੇ ਉਹ ਇੱਕੋ ਹੀ ਬਸ ਮੇਰਾ ਪੁਆਇੰਟ ਹੁੰਦਾ ਕਿ ਜੇ ਫਿਲਮ ਮੈਂ ਪੈਸੇ ਦੇ ਕੇ ਖਰਚ ਕੇ ਦੇਖਣ ਜਾਊਂਗਾ ਜੇ ਮੈਨੂੰ ਇਹ ਫੀਲਿੰਗ ਆਉਂਦੀ ਹੈ ਵੀ ਮੈਂ ਪੈਸੇ ਖਰਚ ਕੇ ਟਿਕਟ ਲੈ ਕੇ ਦੇਖਣ ਜਾਊਂਗਾ ਤਾਂ ਮੈਨੂੰ ਲੱਗਦਾ ਵੀ ਇਹ ਪ੍ਰੋਜੈਕਟ ਵਧੀਆ ਇਹ ਕਰਨਾ ਚਾਹੀਦਾ ਬਾਕੀ ਹੋਰ ਤਾਂ ਅਸੀਂ ਕੋਈ ਹਿਸਾਬ ਕਿਤਾਬ ਜੋੜ ਜੋੜ ਅਸੀਂ ਕਰਾਏ ਨਹੀਂ ਸਾਨੂੰ ਪਤਾ ਹੀ ਕੀ ਹੈ ਕੀ ਹੈ ਕੀ ਨਹੀਂ ਹੈ ਸਿਰਫ ਮੈਂ ਐਜ਼ ਅ ਆਡੀਅੰਸ ਦੇ ਆਪਣੇ ਆਪ ਨੂੰ ਰੱਖ ਕੇ ਕਿ ਐਜ਼ ਅ ਆਡੀਅੰਸ ਮੈਂ ਜਾ ਸਕਦਾ ਕਿ ਮੈਂ ਨਹੀਂ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਿੰਦਰ ਸਿੰਘ ਕੋਲ ਪੰਜਾਬੀ ਤੋਂ ਮੇਰਾ ਸਵਾਲ ਸੁਨੀਲ ਭਾਈ ਤੁਹਾਡੇ ਤੋਂ ਆ ਇਸ ਟੌਪਿਕ ਉੱਤੇ ਜਿਹੜਾ ਤੁਸੀਂ ਟੌਪਿਕ ਲਿਆ ਇਸ ਟੌਪਿਕ ਉੱਤੇ ਪਿਆਰੇ ਮੋਹ ਪਹਿਲਾਂ ਵੀ ਬਣੀ ਸੀ ਹਾਊਸਫੁੱਲ 3 ਬਣੀ ਉਹ ਤੋਂ ਪੰਜਾਬੀ ਫਿਲਮ ਵੀ ਬਣੀ 2015 ਵਿੱਚ ਮੁੰਡੇ ਕੁਮਾਰ ਦੇ ਮੌਜਾਂ ਹੀ ਮੌਜਾਂ ਵਿੱਚ ਸੋਨ ਕੀ ਵੱਖਰਾ ਇੱਕ ਮੂਵੀ ਹੈ ਦੇਖੋ ਜੀ ਉਸ ਤੋਂ ਪਹਿਲਾਂ ਸੀ ਨੋ ਇਵਲ ਹੀਰੋ ਇਵਲ ਬਣੀ ਸੀ ਇਹ ਫਿਲਮ
ਇਹਦਾ ਬਹੁਤ ਇੱਕ ਅਪੇਕਸ਼ਾ ਇੱਕ ਬੜੀ ਸੀ ਮਰਾਠੀ ਬੜੀ ਇਹ ਬਹੁਤ ਫਿਲਮਾਂ ਬਣ ਚੁੱਕੀਆਂ ਨੇ ਇਸ ਟੌਪਿਕ ਤੇ ਪਰ ਮੈਂ ਉਹ ਸਾਰੀਆਂ ਫਿਲਮਾਂ ਦੇਖੀਆਂ ਨੇ ਸਾਰੀਆਂ ਫਿਲਮਾਂ ਦੇ ਅੰਦਰ ਇਹ ਹੈ ਕਿ ਕਿਸੇ ਨੂੰ ਦਿਖਦਾ ਨਹੀਂ ਸੁਣਦਾ ਨਹੀਂ ਕੋਈ ਬੋਲ ਨਹੀਂ ਸਕਦਾ ਇਹ ਕੈਰੈਕਟਰਸ ਹੈਗੇ ਨੇ ਪਰ ਹਰ ਇੱਕ ਫਿਲਮ ਦੇ ਅੰਦਰ ਕ੍ਰਾਈਮ ਐਂਗਲ ਕਾਮੇਡੀ ਹੈਗੀ ਹੈ ਪਰ ਕ੍ਰਾਈਮ ਐਂਗਲ ਹਰ ਫਿਲਮ ਦੇ ਅੰਦਰ ਇਹ ਪਹਿਲੀ ਫਿਲਮ ਆ ਜਿਹਦੇ 'ਚ ਤਿੰਨ ਕੈਰੈਕਟਰ ਨੇ ਜਿਹਨੂੰ ਸੁਣਦਾ ਨਹੀਂ ਬੋਲਦੇ ਨੇ ਹੈ ਨਾ ਜੀ ਤੇ ਦਿਖਦਾ ਨਹੀਂ ਉਹਨਾਂ ਦੇ ਨਾਲ ਇੱਕ ਇਮੋਸ਼ਨਲ ਐਂਗਲ ਆ ਇੱਕ ਸਿਸਟਰ ਦਾ ਵਿਆਹ ਇਮੋਸ਼ਨਲ ਐਂਗਲ ਦੇ ਨਾਲ ਇਹ ਕੈਰੈਕਟਰਸ ਦਾ ਕੋਈ ਫਿਲਮ ਨਹੀਂ ਬਣੀ ਮਤਲਬ ਮੈਂ ਸਾਰੀਆਂ ਫਿਲਮਾਂ ਦੇਖੀਆਂ ਜਿੰਨੀਆਂ ਵੀ ਇਸ ਉੱਤੇ ਬਣੀਆਂ ਅੰਨੇ ਬੋਲੇ ਹੋਣਗੇ ਸੋ ਇਹ ਵੱਖਰਾ 100% ਆ ਕਿ ਇਮੋਸ਼ਨਲ ਫਿਲਮ ਜਿਹੜੀ ਹੈਗੀ ਆ ਕਾਮੇਡੀ ਦੇ ਨਾਲ ਨਾਲ ਜਿਹੜਾ ਉਹ ਇਹ ਬਣੀ ਹੈ ਜੀ ਜਿਹੜੀ ਤੇਰੀ ਪੰਜਾਬੀ ਦੀ ਵੀ ਗੱਲ ਕਰਦੇ ਹੋ ਉਹ ਪੰਜਾਬੀ ਮੋਢੇ ਕਮਾਨ ਦੇ ਉਹ ਵੀ ਕ੍ਰਾਈਮ ਐਂਗਲ ਦੇ ਨਾਲ ਬਣੀ ਸੀ ਤੁਸੀਂ ਦੇਖ ਲਓ ਪਿਆਰੇ ਮੋਹਨ ਹਿੰਦੀ ਚ ਬਣੀ ਉਹ ਵੀ ਕ੍ਰਾਈਮ ਐਂਗਲ ਨਾਲ ਬਣੀ ਹਮ ਹੈ ਕਮਾਨ ਕੇ ਉਹ ਵੀ ਕ੍ਰਾਈਮ ਐਂਗਲ ਸਾਰੀ ਫਿਲਮ ਸੀਨ ਹੋਏ ਵਿਲ ਹੇਅਰ ਹੋਏ ਉਹ ਵੀ ਕ੍ਰਾਈਮ ਐਂਗਲ ਨਾਲ ਬਣੀ ਸਾਰੀ ਫਿਲਮ ਇੱਕ ਅਪੇਕਸ਼ਾ ਇੱਕ ਉਹ ਵੀ ਕ੍ਰਾਈਮ ਐਂਗਲ ਇਹੀ ਪਿਕਚਰ ਹੈ ਜਿਸ ਕਾਮੇਡੀ ਦੇ ਨਾਲ ਇਮੋਸ਼ਨਲ ਐਂਗਲ ਠੀਕ ਹੈ ਜੀ ਵਧੀਆ ਜੀ ਤੁਸੀਂ ਸਲਾਮ ਬਾਕੀ ਤਾਂ ਹੁਣ ਆਡੀਅੰਸ ਪਿਆਰ ਦੇ ਥੈਂਕ ਯੂ।
थैंक यू सो मच, थैंक यू सो मच सारे मीडिया ने नोट नोट करते हैं। जैसे एक क्वेश्चन करदीप भाई, फिल्म ते डायरेक्टर ਦੇ ਵਿੱਚ ਤੁਸੀਂ ਇੱਕ ਗਾਣਾ ਗਾਇਆ ਸੀ ਰੌਣਕਾਂ ਲੱਗੀਆਂ ਨੇ, ਮੈਂ ਕਹਿੰਦਾ ਵੀ ਦੋ ਲਾਈਨਾਂ ਹੋ ਜਾਣ। ਇਸ਼ਕ ਦਾ ਕਿਰਦਾਰ ਪੈਂਦਾ ਇੰਦਰ, ਇਸ਼ਕ ਦਾ ਕਿਰਦਾਰ ਪੈਂਦਾ ਇਸ਼ਕ ਦਾ ਕਿਰਦਾਰ ਪੈਂਦਾ ਇੰਦਰ, ਇਸ਼ਕ ਦਾ ਕਿਰਦਾਰ ਪੈਂਦਾ ਇਸ ਸੋਹਣੇ ਮਹਿਫੂਜ਼ ਦੀ ਗੱਤੀ ਕੀ ਕੀ ਕਰਨਾ ਪੈਂਦਾ। Thank you so much, thank you so much sare da, and hona request ki ke apna print le photo karwa liye please sare, and media request ki 5 minutes sanu go, jaise sara set karke then we can proceed forward. Thank you, thank you.